ਸਾਬ ਆਪਣੀ ਜਿਹੜੀ ਮੋਟਰ ਡਿੱਗੀ ਵੀ ਆ 200 ਫੁੱਟ ਤੇ ਫਿਰ ਉਹਨੂੰ ਕਿਵੇਂ ਕੱਢੋਂਗੇ ਉਹ 6 6 ਦੀਆਂ ਪਾਈਪਾਂ ਵਿੱਚ ਫਸੀ ਵੀ ਆ ਮੋਟਰ ਉਹ ਕੋਣੀ ਨਿਕਲੇਊਗੀ ਆਡ ਲੋਂਗੇ ਆਪ ਨੂੰ ਵੀ ਜਾਣਾ ਪਊ ਨਾਲ ਪਾਈਪ ਦੇ ਵਿੱਚ ਅੱਬਾ ਪਾ ਵੀ ਜਾਵਣਾ ਹੈ ਕੰਢੀ ਜਾਵੜੀ ਸਾਡੀ ਕੋਲੇ ਠੀਕ ਆ ਜਦੋਂ ਕੰਢੀ ਜਾਵੜੀ ਹਾਂ ਕਿਉਂਕਿ ਆਪ ਵੀ ਵਿੱਚ ਜਾਏਗਾ ਨਾਲ ਨਹੀਂ ਆਪ ਤਾਂ ਸਾਡਾ ਕੈਮਰਾ ਜਾ ਸਕਦਾ ਸੀ ਚੱਲੇ ਪਾਣੀ ਦੇ ਵਿੱਚ ਕਿਵੇਂ ਜਾ ਸਕਦਾ ਠੀਕ ਹੈ ਸ੍ਰੀ ਕਾਲ ਜੀ ਅੱਜ ਆਪਾਂ ਤੁਹਾਨੂੰ ਇੱਕ ਇਹੋ ਜੇ ਮੈਸਤਰੀ ਨਾਲ ਮਲਾਉਨੇ ਆ ਜਿਹੜਾ ਤਕਰੀਬਨ 40-45 ਸਾਲ ਤੋਂ ਬੋਰਾ ਦਾ ਕੰਮ ਹੀ ਕਰਦਾ ਹੈ ਤੇ ਇਹ ਉਹਨਾਂ ਦਾ ਬੇਟਾ ਜੀ ਇਹ ਛੋਟਾ ਜਿਹਾ ਸੀਗਾ ਮੈਂ ਵੀ ਉਸ ਟਾਈਮ ਮਤਲਬ ਕਿ ਇਹਨੂੰ ਦੇਖਦਾ ਰਿਆ ਅੱਜ ਇਹ ਵੀ ਪੂਰਾ ਜਿਹੜਾ ਮਿਸਤਰੀ ਬਣ ਚੁੱਕਿਆ ਤੇ ਆਪਾਂ ਤੁਹਾਨੂੰ ਮਿਸਤਰੀ ਨਾਲ ਮਲਾਉਨੇ ਆ ਪੁੱਛਦੇ ਆ ਮਿਸਤਰੀ ਦਾ ਹਾਲਚਾਲ ਸਤਿ ਸ਼੍ਰੀ ਅਕਾਲ ਮਿਸਤਰੀ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਹੈ ਜੀ ਵਧੀਆ ਤੇ ਅੱਜ ਫਿਰ ਕੀ ਕਰਨ ਲੱਗੇ ਹੋ ਅੱਜ ਤਾਂ ਜੀ ਆ ਨਲਕਾ ਜਿਹਾ ਕਿਵੇਂ ਦਾ ਸੀ ਇਹ ਅੱਛਾ ਸੇਵਾ ਪਾਣੀ ਕਰਨਾ ਹੈ ਅੱਛਾ ਸੇਵਾ ਅੱਜ ਜੀ ਇੱਥੇ ਸੇਵਾ ਲੱਗੀ ਸੀ ਆਪਣੀ ਵੀ ਨਾਲ ਤੇ ਮੈਸਤਰੀ ਦੀ ਵੀ ਨਾਲ ਲਵਾਈ ਆ ਕਿਉਂਕਿ ਇਹ ਬੋਰ ਜਿਹੜਾ ਮੈਸਤਰੀ ਨੇ ਕੀਤਾ ਸੀ ਤੇ ਇਹ ਪਾਣੀ ਥੋੜਾ ਡੰਗਾਈ ਚ ਜਾਣ ਦੇ ਕਾਰਨ ਨਲਕਾ ਪਾਣੀ ਚੱਕਣੋਂ ਹਟ ਗਿਆ ਤੇ ਅੱਜ ਮੈਂ ਇਸੇ ਮੈਸਤਰੀ ਨੂੰ ਲੈ ਆਂ ਫੜ ਕੇ ਵੀ ਅਸੀਂ ਆਖਾ ਜੀ ਅੱਜ ਹੈਗੇ ਵਿਹਲੇ ਤੇ ਆਪਾਂ ਕਰਾਈਏ ਨਲਕਾ ਸਹੀ ਤੇ ਇੱਕ ਆਪਣੀ ਭਰਾ ਮੋਟਰ ਡਿੱਗੀ ਵੀ ਆ 200 ਫੁੱਟ ਤੇ ਬੋਰ ਚ ਤੇ ਕੋਸਕਾ ਮੈਸਤਰੀਆਂ ਨਾਲ ਵੀ ਗੱਲਬਾਤ ਕੀਤੀ ਆ ਉਹ ਆਂਦੇ ਜੀ ਕੱਟ ਦੇਾਂਗੇ ਐਂ ਕਰ ਦੇਾਂਗੇ ਅੱਜ ਮੈਂ ਮੈਸਤਰੀ ਕੋਲੇ ਗੱਲ ਕੀਤੀ ਲੈ ਆਪਦਾ ਖੁਦ ਆ ਮੈਸਤਰੀ ਸੀ ਇਹਦੇ ਨਾਲ ਅਸੀਂ ਪਹਿਲਾਂ ਗੱਲ ਹੀ ਨਹੀਂ ਕੀਤੀ ਤੇ ਮੈਸਤਰੀ ਸਾਹਿਬ ਨਾਲ ਗੱਲ ਕੀਤੀ ਇਹ ਆਂਦਾ ਤੁਸੀਂ ਟੈਨਸ਼ਨ ਨਾ ਲਓ ਜਿੱਥੇ ਵੀ ਪਈ ਹੋਈ ਕਹਿੰਦਾ ਮੈਂ ਪਾਈਪ ਵੇਜ ਦੀ ਜਾ ਕੇ ਮੋਟਰ ਕੱਢ ਲਿਆਉਂਗਾ ਹੋ ਮੈਸਤਰੀ ਸਾਹਿਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਫਿਰ ਬੋਰ ਬਾਰ ਕਰਦਿਆਂ ਨੂੰ 45 ਸਾਲ ਹੋ ਗਏ ਜੀ 45 ਸਾਲ ਹੋ ਗਏ 45 ਸਾਲ ਤੋਂ ਲਗਾਤਾਰ ਕੰਮ ਚੱਲ ਰਿਹਾ ਹੈ ਇਨਵਾਨ ਨੂੰ ਵੀ ਫਿਰ ਸਿਖਾਇਆ ਗਬਰ ਸਿੰਘ ਨੂੰ ਵੀ ਹਾਂ ਜੀ ਨਾਲ ਹੀ ਠੀਕ ਆ ਇਹ ਨਹੀਂ ਇਹ ਕਾਕਾ ਸਿੰਘ ਮਿਸਤਰੀ ਆ ਕੋਟਕਪੂਰੇ ਦੇ ਦਵਾਰੇਆਣਾ ਰੋਡ ਤੇ ਆ ਪਰ ਇੰਨੇ ਦਵਾਰੇਆਣਾ ਰੋਡ ਤੇ ਦਵਾਰੇਆਣਾ ਰੋਡ ਤੇ ਰਹਿੰਦੇ ਆ ਕਿਹੜੇ ਡੇਰੇ ਕੋਲੇ ਹੁਕਮੀਨਾਥ ਦੇ ਡੇਰੇ ਕੋਲੇ ਹੁਕਮੀਨਾਥ ਦੇ ਡੇਰੇ ਕੋਲੇ ਇਹ ਰਹਿੰਦੇ ਆ ਤੇ ਫੋਨ ਨੰਬਰ ਮੜਾਇਆ ਆ ਆਪਦਾ ਬੋਲ ਦੇ ਵਿੱਚ 97809 64499 ਫੇਰ ਇੱਕ ਵਾਰੀ ਰਿਪੀਟ ਕਰ ਦੇ 97809 64499 ਤੇ ਇਹ ਮੈਸਤਰੀ ਸਾਹਿਬ ਦਾ ਆਪਾਂ ਨੰਬਰ ਤੁਹਾਨੂੰ ਮੈਂਸ਼ਨ ਕਰਾਂਗੇ ਤੇ ਵਿੱਚ ਵੀ ਬੋਲਤਾ ਤਾਂ ਮੈਸਤਰੀ ਸਾਹਿਬ ਆਪਣੀ ਜਿਹੜੀ ਮੋਟਰ ਡਿੱਗੀ ਵੀ ਆ 200 ਫੁੱਟ ਤੇ ਫਿਰ ਉਹਨੂੰ ਕਿਵੇਂ ਕੱਢੋਂਗੇ ਅਸੀਂ ਆਪਦੇ ਤਰੀਕੇ ਨਾਲ ਕੱਢਾਂਗੇ ਜੀ ਸਾਡੇ ਕੋਲ ਸੰਦੇ ਸਾਰੇ ਬਣੇ ਆ ਬਣੇ ਵੀ ਆ ਸੰਦੇ ਜੇ ਵਿੱਚ ਮੰਨ ਕੇ ਚੱਲੋ ਜਿਹੜੀ ਉਹ 6 6 ਦੀਆਂ ਪਾਈਪਾਂ ਵਿੱਚ ਫਸੀ ਵੀ ਆ ਮੋਟਰ ਉਹ ਕੋਣੀ ਨਿਕਲੇਗੀ ਕੱਢ ਲੋਂਗੇ ਆਪ ਨੂੰ ਵੀ ਜਾਣਾ ਪਊ ਨਾਲ ਪਾਈਪ ਦੇ ਵਿੱਚ ਆਪਾਂ ਆਪ ਹੀ ਜਾਵਣਾ ਹੈ ਕੁੰਡੀ ਜਾਵੜੀ ਸਾਡੇ ਕੋਲੇ ਠੀਕ ਆ ਜਦੋਂ ਕੁੰਡੀ ਜਾਵੜੀ ਹਾਂ ਕਿ ਕਿ ਆਪ ਵੀ ਵਿੱਚ ਜਾਏਗਾ ਨਾਲ ਨਹੀਂ ਆਪ ਤਾਂ ਸਾਡਾ ਕੈਮਰਾ ਜਾ ਸਕਦਾ ਸੀ ਚੱਲੇ ਪਏ ਪਾਣੀ ਦੇ ਵਿੱਚ ਕਿਵੇਂ ਜਾ ਸਕਦਾ ਠੀਕ ਹੈ ਕੈਮਰਾ ਲਿਜਾਵੋਗੇ ਕੈਮਰਾ ਇਹਦਾ ਫਿਰ ਪੂਰਾ ਪ੍ਰਬੰਧ ਆ ਤੁਹਾਡੇ ਕੋਲ ਆ ਸਾਰਾ ਕੁਝ ਸਾਰਾ ਠੀਕ ਹੈ ਪੂਰਾ ਐ ਪ੍ਰੋਪਰ ਦਿਖਾ ਦੇਵੋਗੇ ਵੀ ਆ ਪਈ ਆ ਪਈ ਐ ਮੋਟਰ ਠੀਕ ਹੈ ਤੇ ਫਿਰ ਉਹਨੂੰ ਉੱਤੇ ਕੋਈ ਮਸ਼ੀਨ ਨਾਲ ਖਿੱਚਣਾ ਕੋਈ ਮਸ਼ੀਨ ਲੈ ਜਾਵੋਗੇ ਮਸ਼ੀਨ ਲੈ ਕੇ ਜਾਓ ਤੇ ਖਿੱਚ ਲੋਗੇ ਕੋਈ ਕੋਈ ਬੋਰ ਨੂੰ ਤਾਂ ਨਹੀਂ ਡਿੱਕਦਾ ਨਾ ਨਕਾਸੀ ਦੀ ਡਿੱਕਦੀਆਂ ਪਹਿਲਾਂ ਵੀ ਕਿੰਨੀਆਂ ਕੱਡੀਆਂ ਮੋਟਰੀਆਂ ਬਸੇਰੀਆਂ ਬਾਧੂ ਅੱਛਾ ਬਹੁਤ ਕੱਢੀਆਂ ਤੇ ਜਿਹੜੇ ਤੁਸੀਂ ਬੋਰ ਲਾ ਰਹੇ ਆ ਕਿੰਨੇ ਫੁੱਟ ਤੋਂ ਕਿੰਨੇ ਫੁੱਟ ਤਾਈਂ ਦੇ ਬੋਰ ਕਰ ਦਿੰਨੇ ਹੋ 500 ਫੁੱਟ ਤੱਕ 500 ਫੁੱਟ ਤੱਕ ਬਹੁਤ ਦੁਕਾਨ ਆਇਆ ਜਾਂਦਾ ਅਸੀਂ ਸਾਡਾ ਬੂਕੀਆਂ ਵਾਲਾ ਜਗ੍ਹਾੜਾ ਨਾ ਤੁਹਾਡਾ ਅੱਛਾ ਦੂਜਾ ਬਰਮੇ ਵਾਲਾ ਤਾਂ ਜਾਵਣ ਦਾ ਠੀਕ ਡਿਗਰੀ ਵਾਲਾ ਤੁਹਾਡਾ 8 ਡਿਗਰੀ ਵਾਲਾ ਅੱਛਾ ਬਰਮੇ ਵਾਲਾ ਤਾਂ ਡੂੰਗਾ ਜੇ ਬਰਮੇ ਵਾਲੇ ਬੋਰ 'ਚ ਜਿਵੇਂ ਮੋਟਰ ਡੈਗ ਪੈਂਦੀ ਆ ਜਾਂ ਕੋਈ ਉਹ ਦਿੱਕਤ ਆ ਜਾਂਦੀ ਆ ਆ ਨਿਕਲਿਆਉਂਦੀ ਆ ਉਹ ਤਾਂ ਮੋਟਰਾਂ ਕੱਢ ਦਿੰਨੇ ਆ ਨਿਕਲਿਆ ਠੀਕ ਆ ਦੇ ਇਹ ਨਲਕਿਆਂ ਦਾ ਵੀ ਕੰਮ ਕਰਦੇ ਆ ਫਿਰ ਵਿੱਚ ਇਹ ਵੀ ਕਰਨਾ ਪੈਂਦਾ ਜੀ ਪੁਰਾਣਾ ਨਲਕਿਆਂ ਦਾ ਹੀ ਕੰਮ ਸੀ ਪਹਿਲਾਂ ਪਹਿਲਾਂ ਨਲਕਿਆਂ ਦਾ ਸੀ ਸ਼ੁਰੂ ਤੋਂ ਨਲਕਿਆਂ ਦੀ ਚੱਲਿਆ ਰਿਹਾ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਮੈਸਤਰੀ ਸਾਡਾ ਅੱਜ ਸੇਵਾ ਨਿਭਾ ਰਿਹਾ ਹੈ ਨਲਕੇ ਦੇ ਵਿੱਚ ਆਪਾਂ ਨਲਕਾ ਨਵਾਂ ਹੀ ਮਤਲਬ ਕਿ ਪੈਪ ਆ ਜਿਹੜੀ ਉਹ ਪਾ ਰਹੇ ਆ ਆਪਾਂ ਪਹਿਲਾਂ ਇਹ 95 ਫੁੱਟ ਤੇ ਬੋਰ ਕਰਾਇਆ ਸੀਗਾ ਬਹੁਤ ਠੰਡਾ ਅਤੇ ਮਿੱਠਾ ਪਾਣੀ ਆ ਤੇ ਇੱਥੇ ਇਹਦੀ ਮੈਸਤਰੀ ਦੀ ਵੀ ਸੇਵਾ ਲੱਗੀ ਆ ਤੇ ਐ ਮੈਸਤਰੀ ਸਾਹਿਬ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਪਹਿਲਾਂ ਕਰਕੇ ਗਏ ਸੀ ਇਹ ਨੂੰ ਹੋ ਗਿਆ ਨੇ 4-5 ਸਾਲ ਹੋ ਗਏ ਜਿਆਦਾ ਜਿਆਦਾ ਹੋ ਗਏ ਇਹ ਸਮਝ ਲਓ ਵੀ 16 ਚ ਨਹੀਂ ਪੱਥਰ ਲੱਗਾ ਹੋਇਆ ਹਾਂ ਉਦੋਂ ਇਹਦੇ ਬੜੇ ਕੁਝ ਨਹੀਂ ਸੀਗਾ ਉਦੋਂ ਤਾਂ ਕੁਸ਼ਮ ਨਹੀਂ ਬਣਿਆ ਸੀ ਇੱਥੇ ਹਨਾ ਇਹ ਉਦੋਂ ਪਹਿਲਾਂ ਦਾ ਲੱਗਾ ਹੋਇਆ ਨਾਲ ਪਹਿਲਾਂ ਦਾ ਲੱਗਾ ਉਦੋਂ ਮੈਨੂੰ ਲੱਗਦਾ ਹੈ ਤਕਰੀਬਨ ਮੇਰੇ ਹਿਸਾਬ ਨਾਲ 8 ਕਿ ਸਾਲ ਹੋ ਗਏ ਹੋਣਗੇ ਹੋ ਗਏ ਹੋਣੇ 8-9 ਸਾਲ 8-9 ਸਾਲ ਹੋ ਗਏ ਤੋਂ ਮੈਸਤਰੀ ਸਾਹਿਬ ਨਾਲ ਤੁਹਾਡੀ ਕਿਰਾਏ ਆ ਗੱਲਬਾਤ ਜੇ ਕਿਸੇ ਭਰਾ ਦੀ ਮੋਟਰ ਡਿੱਗੀ ਹੋਵੇ ਆਪਣੇ ਕੋਟ ਕਬੂਰੇ ਦੇ ਨੇੜ ਦੇ ਏਰੀਏ ਦੇ ਵਿੱਚ ਕਿਸੇ ਨੇ ਨਵਾਂ ਨਲਕਾ ਵੀ ਕਰਾਉਣਾ ਹੋਵੇ ਤੇ ਬੜਾ ਮਿਸਤਰੀ ਦਾ ਹੱਥ ਸਾਫ਼ ਆ ਬਹੁਤ ਵਧੀਆ ਤਰੀਕੇ ਨਾਲ ਨਲਕਾ ਜਾਂ ਬੋਰ ਤੁਸੀਂ ਕੁਝ ਵੀ ਕਰਾ ਸਕਦੇ ਹੋ ਤਾਂ ਬਣੇ ਰਹੋ ਜੇ ਸਾਡੇ ਪੇਜ ਨਾਲ ਤੇ YouTube ਨਾਲ ਦਿਖਾਵਾਂਗੇ ਤੁਹਾਨੂੰ ਫਿਰ ਅਗਲੀ ਵੀਡੀਓ ਧੰਨਵਾਦ ਜੀ ਸასი